ਵੀਰੇ ਸ੍ਰੀ ਸੁਖਗੁਰੂ ਸਿੰਘ ਸਰੋਖੀਆ ਜੰਮੂ ਤੋਂ ਉਹਨਾਂ ਦੇ ਨਾਂ ਤੇ ਜਤਿੰਦਰ ਸਿੰਘ ਜੀ ਦੇ ਨਾਂ ਤੇ ਪਾਸਾ ਇੱਕ ਰੁਪਈਆ ਨਾਲੀ ਜੀ ਤਾਲੀਓਂ ਸੇ ਸਵਾਗਤ ਕਰੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਜੀ ਕਾ ਅਧਿਕਸ਼ ਹਮਾਰੇ ਜਸਵੰਤੀਆ ਸਨਾਤਨ ਧਰਮ ਸਭਾ ਕੇ ਅਧਿਕਸ਼ ਸ਼੍ਰੀ ਰਘੁਨੰਦਨ ਸਿੰਘ ਬਬਲੂ ਜੀ ਔਰ ਆਜ ਕੇ ਮੁਖਿਆ ਅਤਿਥੀ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਜੀ ਕਾ ਸਵਾਗਤ ਕਰਤੇ ਹੋਏ ਹਮਾਰੇ ਅਧਿਕਸ਼ ਰਘੁਨੰਦਨ ਸਿੰਘ ਬਬਲੂ ਜੀ ਜਸਰੋਟੀਆ ਸਨਾਤਨ ਧਰਮ ਸਭਾ ਕੀ ਔਰ ਸੇ ਹਮਾਰੇ ਅਧਿਕਸ਼ ਰਘੁਨੰਦਨ ਸਿੰਘ ਬਬਲੂ ਜੀ ਸਭੀ ਸਨਾਤਨ ਧਰਮ ਸਭਾ ਕੇ ਜਿਤਨੇ ਵੀ ਪਦਾਧਿਕਾਰੀ ਹੈ ਉਹ ਆ ਕੇ ਆਜ ਮਾਲਿਆ ਅਰਪਣ ਕਰੇ ਕਾਲੀ ਵੀਰ ਮਹਾਰਾਜ ਕੀ ਜੈ ਕਾਲੀ ਵੀਰ ਮਹਾਰਾਜ ਕੀ ਜੈ ਜਸੋਟੇ ਵਾਲੀ ਕੀ ਜੈ ਜਸੋਟੇ ਵਾਲੀ ਕੀ ਜੈ ਹਰ ਹਰ ਮਹਾਦੇਵ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਇੱਕ ਹੀ ਨਾਰਾ ਇੱਕ ਹੀ ਨਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਇੱਕ ਹੀ ਨਾਰਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇਵ ਕਾਲੀ ਵੀਰ ਮਹਾਰਾਜ ਕੀ ਜੈ ਅੱਜ ਸਾਡੇ ਵਾਸਤੇ ਪੂਰੇ ਸਨਾਤਨ ਧਰਮ ਵਾਸਤੇ ਸਾਡੀ ਪੂਰੀ ਬਰਾਦਰੀ ਵਾਸਤੇ ਅੱਜ ਇੱਕ ਬੜਾ ਹੀ ਸ਼ੁਭ ਦਿਨ ਹੈ। ਹਰ ਸਾਲ ਦੀ ਤਰ੍ਹਾਂ ਅਸ ਮਾਰਚ ਦੇ ਸੈਕਿੰਡ ਸੰਡੇ ਗੀ ਜਿਹੜਾ ਮੇਲ ਦਾ ਆਯੋਜਨ ਕਰਦੇ ਹਾਂ। ਅੱਜ ਉਸ ਮੇਲ 'ਚ ਸਾਡੇ ਮੁੱਖ ਪ੍ਰਾਹੁਣੇ ਸਾਡੇ ਮਾਨਣੀ ਡਾਕਟਰ ਜਤਿੰਦਰ ਸਿੰਘ ਜੀ ਜਿਹੜੇ ਕਿ ਸਾਡੇ MP ਵੀ ਹਨ ਔਰ PMO 'ਚ ਮੰਤਰੀ ਨੇ ਔਰ ਮੋਦੀ ਸਾਹਿਬ ਦੇ ਹਮੇਸ਼ਾ ਜਿਹੜੇ ਰਾਈਟ ਹੈਂਡ ਨੇ, ਕਿਉਂਕਿ ਇਹਦੀ ਇਮਾਨਦਾਰੀ ਇਹਦਾ ਸਿਸਟਮ ਪਹਿਲਾਂ ਵੀ ਮੰਤਰੀ ਰਹੇ ਔਰ ਮੋਦੀ ਸਾਹਿਬ ਇੱਕ ਐਸੇ ਪ੍ਰਾਈਮ ਮਿਨਿਸਟਰ ਜਿਹੜੇ ਪੂਰੀ ਸਕਰੀਨਿੰਗ ਕਰ ਲੈਂਦੇ ਨੇ ਪੂਰੇ ਇਨਸਾਨ ਦੀ। ਔਰ ਕਾਂਗਰਸ ਦਾ ਰਾਜ ਰਿਹਾ, ਬੜੀ ਬੜੀਆਂ ਹਕੂਮਤਾਂ ਬਣੀਆਂ ਸੈਂਟਰ ਚ, ਲੇਕਿਨ ਸਾਲ ਦੋ ਸਾਲ ਕੋਲੋਂ ਵੱਧ ਕਿਸੇ ਵੀ ਪ੍ਰਾਈਮ ਮਿਨਿਸਟਰ ਆਫਿਸ ਦੇ ਅੰਦਰ ਕੋਈ ਦੋ ਸਾਲ ਕੋਲੋਂ ਵੱਧ PMO 'ਚ ਮੰਤਰੀ ਨਹੀਂ ਰਿਹਾ। ਰਿਕਾਰਡ ਤੋੜੀ ਤਾਂ ਸਾਡਾ ਡਾਕਟਰ ਸਾਹਿਬ ਨੇ, 10 ਸਾਲ PMO 'ਚ ਮੰਤਰੀ ਰਹਿਣਾ ਤੇ ਸਾਡੇ ਵਾਸਤੇ ਗਰਵ ਹੈ, ਕਿਉਂਕਿ ਸਾਡੇ MP ਨੇ ਅਸਾਂ ਨੇ ਜਿਤਾਇਆ ਭੇਜਿਆ, ਇਹਨਾਂ ਸਾਡਾ ਹੋਰ ਜਿਹੜਾ ਸਿਰ ਜਿਹੜਾ ਉੱਚਾ ਕੀਤਾ। ਅਸ ਧੰਨਵਾਦ ਕਰਨੇ ਆ ਡਾਕਟਰ ਸਾਹਿਬ ਦਾ ਕਿ ਹੁਣ ਜਿਹੜੀ ਮੁੜੀ ਹੈ ਜਿਹੜੀ 3 ਵਾਰੀ ਮੋਦੀ ਸਾਹਿਬ ਨੇ ਟਿਕਟ ਦਿੱਤੀ ਹੈ, ਇਹ ਮੁੜੀ ਹੈ ਕਾਲੀ ਵੀਰ ਭਗਵਾਨ ਦੇ ਆਸ਼ੀਰਵਾਦ ਕਰਨੇ, ਮਾਂ ਜਸਰੋਟੇ ਦੀ ਆਸ਼ੀਰਵਾਦ ਕਰਨੇ ਔਰ ਜਿਹੜੇ ਸਾਡੇ ਬਜ਼ੁਰਗ ਨੌਜਵਾਨ ਸਾਥੀ ਮਾਤਰ ਸ਼ਕਤੀ ਜਿਹੜੇ ਵੀ ਇੱਥੇ ਆਏ ਨੇ, ਸਾਰੇ ਦੇ ਤਾਕਤ ਕਰਨੇ ਸਾਰੇ ਦੇ ਆਸ਼ੀਰਵਾਦ ਕਰਨੇ। ਡਾਕਟਰ ਸਾਹਿਬ ਨੇ 4 ਲੱਖ ਦੇ ਲਾਗਾ ਬੰਨੇ ਪਹਿਲੇ ਜਿੱਤੇ ਹੈ ਔਰ ਇਸ ਵਾਰ 5 ਲੱਖ ਪਾਰ ਕਰਨਾ ਹੈ। ਨਹੀਂ ਅਸਾਂ ਸਾਰਿਆਂ ਦੇ ਆਦਰਣੀ ਜਿਹਦੇ ਆਸ਼ੀਰਵਾਦ ਕਰਨੇ ਅਸ ਚੱਲਨੇ ਆ। ਮੈਂ ਡਾਕਟਰ ਸਾਹਿਬ ਨੂੰ ਇਹ ਸੁਣਾਉਣਾ ਚਾਹਾਂਗਾ ਕਿ ਸਾਡੇ ਮਾਨਣੀ ਠਾਕੁਰ ਜਗਦੀਸ਼ ਸਿੰਘ ਜੀ ਜਿਹੜੇ ਐਕਸ ਪ੍ਰਧਾਨ ਰਹੇ ਥੇ, ਉਹਨਾਂ ਬੜਾ ਯੋਗਦਾਨ ਆਉਂਦਾ। ਸਾਡੇ ਕਪਤਾਨ ਸੂਰਮ ਸਿੰਘ ਜੀ ਸਾਡਾ ਬੜਾ ਯੋਗਦਾਨ ਹੈ, ਸਾਡੇ ਬੜਾ ਹੀ ਬਿਜੀ ਸ਼ਡਿਊਲ ਹੈ ਡਾਕਟਰ ਸਾਹਿਬ ਦਾ। ਲੇਕਿਨ ਮੈਂ ਨਿਵੇਦਨ ਕੀਤਾ ਪੂਰੀ ਬਰਾਦਰੀ ਦੀ ਤਰਫੋਂ, ਮੈਂ ਕਿਹਾ ਡਾਕਟਰ ਸਾਹਿਬ ਪੂਰੀ ਬਰਾਦਰੀ ਚਾਹੁੰਦੀ ਹੈ ਕਿ ਤੁਸ ਉੱਥੇ ਆਓ। ਇਹਨਾਂ ਟੂਰ ਕੈਂਸਲ ਕੀਤਾ ਔਰ ਅੱਜ ਸਾਡੇ ਚਾਹੇ ਮੈਂ ਧੰਨਵਾਦ ਕਰਨਾ ਕਿ ਤੁਸ ਸਾਡੇ ਨਿਵੇਦਨ ਸਾਡੇ ਵਾਸਤੇ ਇੱਥੇ ਆਏ। ਮੈਂ ਜਾਂਦੀ ਹੈ ਅਸਾਂ ਦਿਖਾ, ਕਿਉਂਕਿ ਬਹੁਤ ਬੜੀ ਤਾਕਤ ਹੈ। ਔਰ ਡਾਕਟਰ ਸਾਹਿਬ 817 ਸਾਲ ਇੱਥੇ ਰਾਜ ਹੋਇਆ ਜਸਰੋਟਾ ਸਨਾਤਨ ਧਰਮ ਸਭਾ। ਵੀਰ ਜੀ ਜੈ ਬਾਬਾ ਕਾਲੀ ਵੀਰ ਮਹਾਰਾਜ, ਜੈ ਮਾਂ ਜਸਰੋਟਾ।
ਸਾਰੇ ਇੰਡੀਆ ਦੇ ਪ੍ਰਣਾਮ। ਸਾਡੇ ਅਧਿਆਕਸ਼ ਰਘੁਨੰਦਨ ਸਿੰਘ ਬਬਲੂ ਜੀ, ਜਦੋਂ ਨਾ ਸਰਕਾਰਾਂ ਹੀਆਂ, ਨਾ ਪੰਚ ਹੈ, ਨਾ ਸਰਪੰਚ ਹੈ, ਨਾ ਖੜਪੰਚ ਹੈ, ਨਾ ਕੇਂਦਰ ਚ ਕਿਸ਼ਾ, ਨਾ ਇੱਥੇ ਕਿਸ਼ਾ, ਤਾਂ ਉਹਦੇ ਆਸ ਇਕੱਠੇ ਚਲਾਉਣੇ ਆ। ਐਸੇ ਸਾਡੇ ਕਰਮਠ ਸਾਥੀ, ਔਰ ਜਿੰਦਾ ਵਿਕਾਸ ਹੁੰਦੇ, ਮੈਂ ਜ਼ਾਤੀ ਤੌਰ ਉਹਦਾ ਚਸ਼ਮਦੀਦ ਗਵਾਹ ਕੀ ਐਣ ਹੈ। ਪਹਿਲੇ ਸਰਪੰਚ ਬਣੇ, ਫਿਰ ਸਰਪੰਚੇ ਦੇ ਸਮੂਹ ਦੇ ਪ੍ਰਧਾਨ ਬਣੇ, ਤੇ ਭਾਰਤੀ ਜਨਤਾ ਪਾਰਟੀ ਜਿਹਦੇ ਨੇ ਸਾਡਾ ਤਲਕ ਹੈ ਉਸ ਵੇਲੇ, ਜਿਸ ਲੈ ਕੇ ਮਾਹੌਲ ਕਰਦੇ ਲੋਕ ਵੀ ਕਿਹੜੀ ਪਾਰਟੀ ਹੈ, ਉਸ ਵੇਲੇ ਬਬਲੂ ਹੋਰ ਇੱਥੇ ਝੰਡਾ ਚਲਾਉਂਦੇ ਹੈ। ਸੁਰਿੰਦਰ ਜੀ ਠਾਕੁਰ ਸਾਹਿਬ ਬਬਲੂ ਹੋਰੇ ਦਾ ਕੀ ਸਾਦਾ ਦਿੱਤਾ, ਪਰ ਮੈਂ ਉਸ ਵੇਲੇ ਕੋਈ ਆਇਨ ਮੌਕੇ ਉੱਤੇ ਜਾਣਾ ਪਿਆ, ਤੇ ਇਹ ਸਾਰੇ ਦੇ ਭਾਗੇ 'ਚ ਨਹੀਂ ਹੁੰਦਾ, ਜੇ ਤਾਂ ਬੁਲਾਵਾ ਨਹੀਂ ਆਵਾ ਤਾਂ ਇਹ ਨਹੀਂ ਸਰਦਾਰ ਜੀ, ਤੇ ਬੁਲਾਵਾ ਆਇਆ, ਉਹਦਾ ਜ਼ਰੀਆ ਬਣੇ ਰਘੁਨੰਦਨ ਬਬਲੂ ਹੋਰ, ਅਤੇ ਮੈਂ ਤੁਹਾਡੇ ਵਿੱਚ ਇਸ ਪਾਵਨ ਧਰਤੀ ਦੇ ਦਰਸ਼ਨ ਵੀ ਹੋਏ ਅਤੇ ਸਾਰੀ ਬਰਾਦਰੀ ਦੇ ਦਰਸ਼ਨ ਵੀ ਹੋਏ। ਕੁੰਡੀਆਂ ਸਾਡੇ ਸਾਥੀ ਗਲਾਰਦੇ ਹੈ ਵੀ ਜਿਹੜਾ ਮੇਲ ਹੁੰਦੀ ਹੈ, ਅਤੇ ਮੇਲ ਦਾ ਇੱਕ ਤਾਂ ਇਹ ਵੀ ਮਕਸਦ ਹੁੰਦਾ ਵੀ ਅਸੀਂ ਆਪਣਾ ਪੁਰਾਣਾ ਇਤਿਹਾਸ, ਪੁਰਾਣੀ ਤਰੀਕੀ ਯਾਦ ਰੱਖੇ, ਅਗਲੀ ਆਉਣੇ ਵਾਲੀ ਨਸਲੀ ਵੀ ਉਸੀ ਪਰਚੇ ਦੇ ਚ ਉਹਦੀ ਵਾਫੀਅਤ ਰੱਚੇ ਵੀ ਜਸਰੋਟਾ ਰਾਜ ਕੀ ਹੈ, ਜਸਰੋਟਾ ਦੇ ਰਾਜੇ ਕੀ ਹੈ, ਕਿੰਨੀ ਉਹਦੀ ਮਾਨਤਾ ਸੀ, ਕਿੰਨਾ ਉਹਦਾ ਸ਼ੂਰਵੀਰ ਹੈ, ਕਿੰਨੀ ਉਹਦੀ ਕਾਬਲੀਅਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਲਈਏ ਅਤੇ ਇੱਥੇ ਮੁਬਾਰਕ ਮੰਡੀ ਦੇ ਦਰਬਾਰ ਤੱਕ ਉਹਦੀ ਗੱਲ ਸੰਜੀਦਗੀ ਕਹਿੰਦੇ ਸੁਣੀ ਜਾਂਦੀ ਸੀ, ਉਹਦੀ ਨਸੀਹਤ, ਉਹਦੀ ਸਲਾਹ ਵੀ ਦਿੱਤੀ ਜਾਂਦੀ ਸੀ। ਦੂਆ ਮੇਲ ਦਾ ਇੱਕ ਇਹ ਵੀ ਮਤਲਬ ਹੁੰਦਾ ਵੀ ਸਾਰੇ ਮਨ ਮਿਲੀਏ, ਦਿਲ ਮਿਲੀਏ, ਜਿਹੜਾ ਮਨ ਮੁਟਾਵ ਹੈ, ਜਿਹੜਾ ਨਿੱਕਾ ਮੋਟਾ ਉਹ ਵੀ ਮੁੱਕੀ ਆ। ਜਿਹੜੇ ਸਾਰੇ ਇਕੱਠੇ ਹੋਣ 'ਤੇ ਜਿਹਾ ਠੀਕ ਆਖਿਆ, ਮੇਲ ਜਸਰੋਟਾ ਬਰਾਦਰੀ ਦਾ, ਪਰ ਆਯੋਜਨ ਜਸਰੋਟਾ ਦਾ, ਬਾਕੀ ਕੁਛ ਬਣਾ ਹੀ ਨਹੀਂ ਹੈ। ਕਿ ਭਾਈਚਾਰੇ ਦਾ ਪ੍ਰਤੀਕ ਹੈ, ਸਾਰੇ ਸਾਰੇ ਕੰਨੇ ਵਿੱਚ ਆਈ ਜਾਣ, ਇਹ ਇਸ ਮੇਲ ਦਾ ਅਭਿਪ੍ਰਾਇ ਵੀ ਹੁੰਦਾ ਅਤੇ ਇਹ ਇਹਦੀ ਪਰਿਭਾਸ਼ਾ ਵੀ ਹੈ। ਤੀਜੀ ਗੱਲ ਰਹੀ ਇਸ ਇਲਾਕੇ ਦੀ, ਬਬਲੂ ਨੇ ਠੀਕ ਲਾਇਆ, 60-70 ਵਰੇ ਇਸ ਇਲਾਕੇ ਦੀ ਅਵਹੇਲਨਾ ਹੋਈ, ਔਰ ਇਸ ਵਜ੍ਹਾ ਕਰਨੇ ਹੋਈ ਕਿ ਜਿਹੜੀਆਂ ਪਾਰਟੀਆਂ ਘੁੰਮਦ ਚ ਰਹੀਆਂ, ਹਾਲਾਂਕਿ ਉਹ ਇਹ ਰਾਜਨੀਤੀ ਦਾ ਜਲਸਾ ਨਹੀਂ ਹੈ, ਲੇਕਿਨ ਗੱਲ ਉੱਠੀ ਹੈ ਅਤੇ ਸਾਡੇ ਬੱਚੇ ਵੀ ਸਮਝਾਉਣੀ ਚਾਹੀਦੀ ਤਾਂ ਕਿ ਅਸੀਂ ਉਹ ਸਮਾਂ ਦੁਬਾਰਾ ਨਹੀਂ ਦੇਖਣਾ ਪਵੇ। ਜਿਹੜੇ ਜਿਹੜੇ ਸਾਡੇ ਉੱਪਰ ਰਾਜ ਕੀਤਾ ਮਹਾਰਾਜਾ ਦੇ ਬਾਅਦ, ਉਹਨੇ ਆਪਣੀ ਵੋਟ ਦਾ ਗੈ ਫਿਕਰ ਰਹਿੰਦਾ, ਚਿੰਤਾ ਰਹਿੰਦੀ ਸੀ। ਇਹ ਚੂੰਕਿ ਸ਼ੂਰਵੀਰੇ ਦੀ ਧਰਤੀ, ਸ਼ਹੀਦੇ ਦੀ ਧਰਤੀ, ਪੰਡਿਤ ਪ੍ਰੇਮ ਨਾਥ ਡੋਗਰਾ ਦੇ ਕਿਹੜੇ ਕਿਹੜੇ ਸ਼ਹੀਦ ਜਿਹੜੇ ਸਾਰੀ ਹਿੰਦੁਸਤਾਨ ਵਿੱਚ ਰਾਸ਼ਟਰਵਾਦ ਦੀ ਜਵਾਲਾ ਰੋਸ਼ਨ ਕੀਤੀ, ਉਹਨੇ ਸਹੀ ਹੁੰਦਾ ਹੈ ਜਿਹੜੇ ਕਸ਼ਮੀਰ ਕੇਂਦਰ ਪਾਰਟੀਆਂ ਵੀ ਥੋਕੀ ਥੋੜਾ ਨਹੀਂ ਰਹਿੰਦੇ। ਇਹ ਗੱਲੇ ਜਾਂ ਗੱਲ ਨਿਕਲੀ ਜਿਸ ਲੈਣੇ ਲਿਫਟ ਇਰੀਗੇਸ਼ਨ ਦੀ ਗੱਲ ਕੀਤੀ, ਇਹਦੀ ਲੋੜ ਗੜ ਹੀ ਪਾਉਣੀ, ਸਾਡਾ ਉਜ ਦਾ ਪ੍ਰੋਜੈਕਟ ਪਿਛਲੇ ਕੋਈ 60-70 ਰੁਪਏ ਦਾ ਵੱਧ ਫਾਈਲ ਪੇਰੀ ਘੜੀ ਘੜੀ ਚੁੱਕੀ ਫੀ ਪਿਛਲੇ 10 ਸਾਲਾਂ ਚ ਮੋਦੀ ਜੀ ਨੇ ਆਉਣੇ ਦੇ ਬਾਅਦ ਤੁਸੀਂ ਦੁਬਾਰਾ ਫਾਈਲ ਵੀ ਖੜਾਇਆ ਗਿਆ। ਪਰਸੋਂ ਵੀ ਮੈਂ ਗਜਿੰਦਰ ਸਿੰਘ ਸ਼ੇਖਾਵਤ ਹੋਰ ਉਹਦੇ ਮੰਤਰੀ ਨੂੰ ਉਹਨਾਂ ਨੇ ਗੱਲ ਕਰੀ ਆਇਆ
ਉਹਦੇ ਦੂਆ ਮਸਾ ਕੀ ਬਣੀ ਆ ਵੀ ਉਸ ਪ੍ਰਾਜੈਕਟ ਦੀ ਕੀਮਤ ਇੰਨੀ ਵਧੀ ਵੀ ਹੁਣ ਅਸੀਂ ਲਾਉਣਾ ਮੁਸ਼ਕਿਲ ਹੋਈ ਹੈ। ਯਾਨੀ ਉਸ ਵੇਲੇ ਪੁਰਾਣੇ ਅਸੀਂ ਇੰਨਾ ਚਿਰ ਬਲਗਾਈ ਰੱਖਿਆ, ਹੁਣ ਸਾਡੀ ਕੋਸ਼ਿਸ਼ ਲੱਗੀ ਦੀ ਹੈ ਕਿ ਕੋਈ ਹੋਰ ਅਸੀਂ ਵੱਧ ਪੈਸਾ ਮਿਲਿਆ ਅਤੇ ਉਜੇ ਦਾ ਪ੍ਰਾਜੈਕਟ ਵੀ ਸ਼ੁਰੂ ਹੈ। ਇਸੇ ਚੱਲ ਹੀ ਦੂਆ ਸਾਡਾ ਸ਼ਾਹਪੁਰ ਕੰਢੀ ਦਾ ਤ੍ਰੀਏ ਵਰ੍ਹੇ ਦਾ ਰੁਕਿਆ ਰਿਹਾ, ਕਿਉਂਕਿ ਉਹਦਾ ਸਾਰਾ ਸਾਰਾ ਫਾਇਦਾ ਲਾਭ ਹੋ ਰਿਹਾ ਸਾਬਾ ਅਤੇ ਕਠੂਆ ਹੀ, ਕੋਈ ਉਹਦੀ ਜ਼ਰੂਰਤ ਨਹੀਂ। ਮੋਦੀ ਜੀ ਦੀ ਆਏ, ਮੋਦੀ ਜੀ ਅੱਗੇ ਉਹ ਗੱਲ ਰੱਖੀ, ਉਹਨੇ ਸਮਝੀ, ਅਸੀਂ ਕਿਹਾ ਵੀ ਸਾਡੇ ਹਿੱਸੇ ਜੀ ਦਾ ਰਾਵੀ ਦਾ ਦਰਿਆ ਆਇਆ, ਜਿਹੜਾ ਪਾਕਿਸਤਾਨ ਬਟਵਾਰਾ ਹੋਇਆ ਅਤੇ ਸਾਡਾ ਸਾਰਾ ਸਾਰਾ ਪਾਣੀ ਪਾਕਿਸਤਾਨ ਜਾਣਦਾ, ਅਤੇ ਤੁਹਾਡੇ ਲੀਡਰ ਆਖਦੇ ਕਸ਼ਮੀਰ ਦੇ ਉੱਠੀਏ ਪਾਕਿਸਤਾਨ ਕੰਮ ਪਾਣੀ ਰੋਕ ਲੈ ਕੇ, ਪਾਣੀ ਕਿੱਥੇ ਰੋਕਣਾ, ਆਪਣਾ ਪਾਣੀ ਵੀ ਤਾਂ ਘਰੇ ਜਾਣਦਾ। ਵੀ ਮੋਦੀ ਜੀ ਨੇ ਉਹ ਦੁਬਾਰਾ ਫਾਈਲ ਭੁਲਾਈ, ਹੁਣ ਉਹ ਪ੍ਰਾਜੈਕਟ ਸ਼ੁਰੂ ਹੋਇਆ। ਇਹ ਮੈਂ ਤਾਂ ਦੱਸਾ ਨਾ ਕਿ ਸਾਡੇ ਬੱਚੇ ਇਹਨਾਂ ਗੱਲਾਂ ਦੀ ਸਮਝ ਰਵੇ ਤਾਂ ਕਿ ਅੱਗੇ ਅਸੀਂ ਆਗਾਹ ਰਹਿਣਾ। ਸਾਡੇ ਲੋਕ ਇੱਥੇ ਬਹਾਦਰ, ਸ਼ੂਰਵੀਰ, ਦੇਸ਼ ਭਗਤ, ਹਰ ਕਿਸਮ ਦੀ ਕੁਰਬਾਨੀ ਦੇਣੀ ਤਿਆਰ ਹਨ, ਪਰ ਕੰਨੇ ਕੰਨੇ ਮਾਸੂਮ ਹਨ, ਸਿੱਧੇ ਅਸੀਂ ਪਤਾ ਹੀ ਨਹੀਂ ਲੱਗਿਆ ਕਿ ਸਰਹੱਦ ਦੇ ਵੱਖਰੀ ਪਾਸੇ 4% ਆਰਕਸ਼ਣ ਰਿਜ਼ਰਵੇਸ਼ਨ ਦੇ ਦਿੱਤਾ ਗਿਆ ਪੁਰਸ਼ਨ ਜੋਗੀ ਵਾਲੇ ਪਾਸੇ LOC ਦੇ, ਅਤੇ ਇਸ ਪਾਸੇ ਇਹ ਜਿਹੜੀ ਆਖਦੇ ਨੇ ਇੰਟਰਨੈਸ਼ਨਲ ਬਾਰਡਰ ਅੰਤਰਰਾਸ਼ਟਰੀ ਸੀਮਾ, ਇਹ ਜਿੱਥੇ ਠਾਕੁਰ ਸ਼ਿਵਦੇਵ ਸਿੰਘ ਹੋਰੇ ਦਾ ਜਿੱਥੇ ਇਲਾਕਾ ਹੈ ਉੱਥੇ ਨਹੀਂ ਦਿੱਤਾ। ਮਤਲਬ ਬੱਚੇ ਬੱਚੇ 'ਚ ਫਰਕ ਕੀਤਾ, ਸਰਹੱਦ ਦੇ ਇੱਕ ਪਾਸੇ ਇੱਕ ਕਾਨੂੰਨ, ਦੂਜੇ ਪਾਸੇ ਦੂਆ, ਕੀ ਕਿ ਉੱਥੋਂ ਆਉਂਦੇ ਮਨਿਸਟਰ ਦੇ MLA ਚਲਾਉਂਦੇ ਆਪ ਹੋਏ ਦੇ, ਇਹਦਾ ਪ੍ਰਾਚੀਨ ਮੋਦੀ ਜੀ ਦੇ ਆਉਣੇ ਦੇ ਬਾਅਦ ਹੋਈ ਸਕਿਆ। ਅੱਜ ਇੱਥੇ ਵੀ 4% ਉਹ ਲਾਗੂ ਹੋਇਆ। ਜਠਾਣੇ ਦਾ ਪੁੱਲ ਨਹੀਂ ਬਣਾਉਣਾ, ਦੇਖੋ ਇਹਨੇ ਚੇਤਾ ਕੀਤਾ, ਬਾਰਡਰ ਗ੍ਰਿਫਤਾਰੀ ਦਿੱਤੀ ਸੀ, ਉਸ ਵੇਲੇ ਗ੍ਰਿਫਤਾਰੀ ਲੈਣੇ ਵਾਲੇ ਜਿਹੜੇ ਪੁਲਿਸ ਵਾਲੇ ਉਹ ਵੀ ਦੂਰ ਆਉਂਦੇ ਨੇ, ਉਹ ਆਖਦੇ ਬੰਦੀ ਦੋਸਤੀ ਕੀਤੀ ਹੈ, ਚਾਹ ਪੁੱਛ ਲਈ ਤੇ ਆਹ ਸਾਡੀ ਟ੍ਰਾਂਸਫਰ ਹੋਈ ਹੈ, ਉਸ ਬਾਰੇ ਵੀ ਦੇਖਿਆ। ਲੇਕਿਨ ਸ਼ਾਇਦ ਇਹ 3 ਪੀੜ੍ਹੀਆਂ ਦੇ ਸਾਡੇ ਬਜ਼ੁਰਗਾਂ ਦਾ ਇੱਕ ਕੁਰਬਾਨੀ ਸੀ, ਬਲੀਦਾਨ ਆ, ਸਮਰਪਣ ਹਾ, ਵੀ ਇਹ ਵਿਚਾਰਧਾਰਾ ਜਿੰਦੀ ਰਹੀ ਆਸ ਚਲੇ। ਮੈਂ ਕੱਲ ਇਹ ਕੁਛ ਇਕਲਾਰ ਦਾ ਹਾਂ, 8-10 ਵਰੇ ਹੋਏ ਨੇ ਕਾਂਗਰਸ ਪਾਰਟੀ ਦੀ ਸੱਤਾ 'ਚ ਬਾਹਰ ਹੋਏ, ਨੈਸ਼ਨਲ ਕਾਨਫਰੰਸ ਕੀ 5-7 ਸਾਲ ਹੋਏ, ਸਾਰੇ ਉਹਦੇ ਲੀਡਰ ਆਈਏ ਬਾਹਰ, ਤੋਂ ਪਾਰ ਦੇ ਕਿਹੜੀ ਪਾਰਟੀ ਜਾਣਾ, ਕੋਈ ਆਖਦਾ BJP ਜਾ, ਕੋਈ ਆਖਦਾ ਕਾਂਗਰਸ ਜਾ, ਕੋਈ ਦੋਵੇਂ ਪਾਸੇ ਜਾਣਦਾ, ਅੱਛਾ ਤੋਂ ਪਾਰ ਦੇ। ਇਹ ਜਨਸੰਘ ਹੈ ਭਾਰਤੀ ਜਨਤਾ ਪਾਰਟੀ, MLA ਕੋਈ ਨਹੀਂ, ਸਰਕਾਰ ਕੋਈ ਨਹੀਂ, ਲੇਕਿਨ ਮਤਾ ਮਜ਼ਾ ਮਜ਼ਾ ਆ ਰਿਹਾ ਕਿ ਸਾਡਾ ਇੱਕ ਵੀ ਨੇਤਾ 10 ਮਾਸ ਹੋਇਆ ਹੋਇਆ। ਗੱਲ ਵੀ ਕਰਦਾ ਪੰਡਿਤ ਪ੍ਰੇਮ ਨਾਥ ਡੋਗਰਾ, ਹਰ ਵਾਰੀ ਇਲੈਕਸ਼ਨ ਹਾਰਦੇ ਰਹੇ, ਲੇਕਿਨ ਵੀ ਆਖਦੇ ਖੁੱਲਣਾ ਜ਼ਰੂਰ ਹੈ ਤਾਂ ਕਿ ਲੋਕੀ ਇਕੱਠੇ ਕਰਨਾ, ਇਹ ਮੌਕਾ ਹੈ, ਤੇ ਇਹ ਉਸ ਸਮਰਪਣ ਵਾਲੀ ਪਾਰਟੀ ਹੈ। ਲੇਕਿਨ ਸਾਡੇ ਵਾਸਤੇ ਇੱਕ ਚੁਣੌਤੀ ਇਹ ਹੈ ਕਿ 60-70 MLA ਦੇ ਕੰਮ ਰੁਕੇ ਦੇ ਜਿਹੜੇ ਇਹ ਨਹੀਂ ਹੋਏ ਦੇ ਉਹ, ਜਾਂ ਜਿਹੜੇ ਰੁਕਵਾਈ ਤੇ ਗਏ ਹੋਣੀ ਦੁਬਾਰਾ ਸ਼ੁਰੂ ਕਰਾਉਣਾ। ਜਠਾਣੇ ਦਾ ਬੋਲ ਇੱਕ, ਦੂਆ ਜਿਹੜੇ ਗੱਲ ਕੀਤੀ ਕੀੜੀਆਂ ਗੜਿਆਲ ਦੀ, ਮੇਰੇ 2 ਪੰਚਾਇਤਾਂ ਵਾਸਤੇ 150 ਕਰੋੜ ਦਾ ਕੀ ਬਣਾਉਣਾ। ਜਿਸ ਦਿਨ ਗੱਲ ਰੱਖੀ ਮੋਦੀ ਜੀ ਅੱਗੇ, ਉਹਨੇ ਅਸੀਂ ਉਹਦੀ ਮਨਜ਼ੂਰੀ ਦਿੱਤੀ, ਗਡਕਰੀ ਸਾਹਿਬ ਆਪੂ ਇੱਥੇ ਆਏ, ਸ਼ਿਲਾਨਿਆਸ ਵੀ ਉਹਨੇ ਕੀਤਾ, ਉਸ ਦਿਨ ਲੋਕਾਰਪਣ ਵੀ ਕੀਤਾ, ਤੇ ਸਾਰੇ ਸਾਹਮਣੇ ਉਹਨੇ ਆਖਿਆ ਵੀ ਜੇ ਇਹ ਲੋਕ ਮੇਰੇ ਪਿੱਛੇ ਨਹੀਂ ਪਾਉਂਦੇ ਤਾਂ ਇਹ ਨਹੀਂ ਆ ਭੁੱਲ ਬਣਨਾ, ਇਹ 150 ਕਰੋੜ ਦਾ 2 ਪੰਚਾਇਤਾਂ ਵਾਸਤੇ। ਯਾਨੀ ਆਖਣ ਦਾ ਮਤਲਬ ਹੈ ਕਿ ਸਾਡੇ ਲੋਕਾਂ ਜਜ਼ਬਾ ਵੀ ਆ, ਸਭ ਕੁਛ ਆ, ਲੇਕਿਨ ਸਾਡੀ ਸੁਣਵਾਈ ਨਹੀਂ,
ਸਾਡੇ ਬੱਚੇ ਡੋਗਰਾ ਸਰਟੀਫਿਕੇਟ ਮਿਲਦਾ ਭਰਤੀ ਹੁੰਦੇ ਹੈ ਜੀ ਇਹਨੇ ਇਹ ਨਹੀਂ ਜੀ ਇਹ ਅਸਾਂ ਬਰਾਬਰੀ ਕਰਨੀ